ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਵਿਸਾਖੀ ਦੇ ਦਿਹਾੜੇ ਦੇ ਬਾਰੇ ਦੱਸਣ ਤੋਂ ਪਹਿਲਾਂ ਇੱਥੋਂ ਦੇ ਇਤਿਹਾਸ ਬਾਰੇ ਗੱਲ ਕਰਾਂਗੇ, ਕਿਉਂਕਿ ਸੰਗਤ ਨੂੰ ਘੱਟ ਪਤਾ ਹੈ ਗੁਰੂ ਅੰਗਦ ਦੇਵ ਮਹਾਰਾਜ ਦੇ ਜਨਮ ਸਥਾਨ ਦਾ। ਪਹਿਲਾਂ ਇੱਥੋਂ ਦੀ ਗੱਲ ਕਰਾਂਗੇ ਕਿ ਇਹ ਜਿਹੜਾ ਸਥਾਨ ਹੈ, ਦੂਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜਨਮ ਸਥਾਨ ਹੈ। ਇਸ ਪਿੰਡ ਦਾ ਜਿਹੜਾ ਪੁਰਾਤਨ ਨਾਮ ਸੀ ਉਹ ਮੱਤੇ ਦੀ ਸਰਾਸ, ਤੇ ਅੱਜ ਇਸ ਦਾ ਨਾਮ ਹੈ ਸਰਾਏ ਨਾਂਗਾ। ਇਤਿਹਾਸ ਕੁਛ ਇਸ ਤਰ੍ਹਾਂ ਹੈ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਿਤਾ ਜੀ ਭਾਈ ਫੇਰੂਮੱਲ ਜੀ, ਜੋ ਕਿ ਗੁਜਰਾਤ ਦੇ ਵਿੱਚ ਸੰਘੇਵਾਲ ਦੇ ਰਹਿਣ ਵਾਲੇ ਸਨ, ਇੱਥੇ ਭਾਈ ਫੇਰੂਮੱਲ ਜੀ ਦੇ ਨਾਨਕੇ ਸਨ ਪਿੰਡ ਮੱਤੇ ਦੀ ਸਰਾਂ, ਤੇ ਉਹ ਕਾਰੋਬਾਰ ਨੂੰ ਲੈ ਕਰਕੇ ਇੱਥੇ ਆਪਣੇ ਨਾਨਕੇ ਪਿੰਡ ਆ ਗਏ। ਇੱਥੇ ਹੀ ਉਹਨਾਂ ਦੀ ਮੈਰਿਜ ਹੋਈ, ਵਿਆਹ ਹੋਇਆ ਉਹਨਾਂ ਦਾ। ਇੱਥੇ ਹੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜਨਮ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ 31 ਮਾਰਚ 1504 ਨੂੰ ਹੋਇਆ। ਮਹਾਰਾਜ ਨੇ ਆਪਣਾ ਬਚਪਨਾ ਇਸ ਪਿੰਡ ਦੇ ਵਿੱਚ ਗੁਜ਼ਾਰਿਆ। ਜਦੋਂ ਵੀ ਮੁਗਲਾਂ ਨੇ ਹਿੰਦੁਸਤਾਨ ਨੂੰ ਲੁੱਟਿਆ ਹੈ, ਇਹ ਪਿੰਡ ਬੜਾ ਅਮੀਰ ਸੀ, ਇਹਨੂੰ ਵੀ ਲੁੱਟਿਆ ਜਾਂਦਾ ਸੀ। ਇੱਥੇ ਇੱਕ ਚੌਧਰੀ ਤਖਤਮਲ ਰਹਿੰਦਾ ਸੀ, ਜਿਹੜਾ ਕਿ ਬੜਾ ਅਮੀਰ ਸੀ, 70 ਪਿੰਡ ਉਹਦੇ ਅਧੀਨ ਸਨ, 70 ਪਿੰਡਾਂ ਤੇ ਉਹ ਰਾਜ ਕਰਦਾ ਸੀ। ਤੇ ਭਾਈ ਫੇਰੂਮੱਲ ਜੀ ਉਹਦੇ ਕੋਲ ਵਹੀ ਖਾਤੇ ਦਾ, ਲੇਖੇ ਪੱਤੇ ਦਾ ਕਾਰੋਬਾਰ ਉਹਨਾਂ ਨੇ ਕੀਤਾ ਸੀ, ਇਸ ਕੰਮ ਦੀ ਨੌਕਰੀ ਕੀਤੀ ਸੀ। ਤੇ ਜਦੋਂ ਇਸ ਪਿੰਡ ਨੂੰ ਵਾਰ ਵਾਰ ਲੁੱਟਿਆ ਜਾਂਦਾ ਸੀ, ਤੇ ਚੌਧਰੀ ਤਖਤਮਲ ਨੇ ਆਪਣੀ ਫੌਜ ਬਣਾਈ ਹੋਈ ਸੀ, ਤੇ ਇੱਕ ਹਮਲੇ ਦੇ ਵਿੱਚ ਚੌਧਰੀ ਤਖਤਮਲ ਜਿਹੜਾ ਉਹ ਮਾਰਿਆ ਗਿਆ। ਜਦੋਂ ਚੌਧਰੀ ਤਖਤਮਲ ਮਾਰਿਆ ਗਿਆ ਤਾਂ ਪਿੰਡ ਵਾਲੇ ਲੋਕਾਂ ਨੇ ਸੋਚਿਆ ਕਿ ਇੱਥੇ ਰਹਿਣ ਦਾ ਹੁਣ ਕੀ ਫਾਇਦਾ ਹੈ, ਜਿਹੜਾ ਸਾਡੀ ਹਿਫਾਜ਼ਤ ਕਰਦਾ ਸੀ ਉਹ ਹੀ ਮਰ ਗਿਆ, ਤੇ ਇੱਥੋਂ ਜਾਣ 'ਚ ਹੀ ਫਾਇਦਾ, ਇੱਥੇ ਤਾਂ ਨੇਤਾ ਹਮਲੇ ਹੁੰਦੇ ਹਨ। ਤੇ ਇਸ ਨਗਰ ਦੇ ਜੋ ਵਸਨੀਕ ਸਨ ਉਹ ਸਾਰੇ ਹੀ ਆਪਣੀਆਂ ਆਪਣੀਆਂ ਰਿਸ਼ਤੇਦਾਰੀਆਂ 'ਚ ਜਾਂ ਜਿੱਥੇ ਵੀ ਕਿਸੇ ਨੂੰ ਠੀਕ ਲੱਗਿਆ ਇਸ ਪਿੰਡ ਨੂੰ ਛੱਡ ਕੇ ਉੱਥੇ ਉੱਥੇ ਜਾ ਕੇ ਰਹਿਣ ਲੱਗ ਗਏ, ਤੇ ਇਹ ਜਿਹੜਾ ਪਿੰਡ ਮੱਤੇ ਦੀ ਸਰਾਂ ਸੀ ਇਹ ਨਗਰ ਉਜੜ ਗਿਆ। ਇਸ ਪਿੰਡ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਹਿਲੇ ਪਾਤਸ਼ਾਹ ਉਹ ਵੀ ਆਏ ਹਨ, 6-7 ਦਿਨ ਰਹੇ ਹਨ। ਪਿੰਡ ਦੇ ਬਾਹਰ ਸੀ ਉਦੋਂ, ਹੁਣ ਪਿੰਡ ਦੇ ਵਿੱਚ ਹੈ। ਇੱਕ ਟਿੱਬੇ ਦੇ ਉੱਪਰ ਇੱਕ ਵਣ ਦੇ ਥੱਲੇ, ਛੱਪਰੀ ਦੇ ਥੱਲੇ ਇੱਕ ਕੋਹੜੀ ਸੀ ਰਹਿੰਦਾ ਇਸੇ ਪਿੰਡ ਦਾ, ਉਸਦਾ ਮਹਾਰਾਜ ਜੀ ਨੇ ਕੋਹੜ ਠੀਕ ਕੀਤਾ। 10ਵੇਂ ਪਾਤਸ਼ਾਹ ਮਹਾਰਾਜ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ 'ਚ ਉਸੇ ਹੀ ਟਿੱਬੇ ਦੇ ਨੇੜੇ ਇੱਕ ਛੱਪੜੀ ਸੀ, ਉੱਥੇ ਆ ਕੇ ਇੱਕ ਰਾਤ ਗੁਜ਼ਾਰੀ ਮਹਾਰਾਜ ਨੇ। ਇਸ ਪਿੰਡ ਦੇ ਵਿੱਚ ਇੱਕ ਨਾਗਾ ਸੰਤ ਜਿਹਨੂੰ ਲੋਕ ਜੋਗੀ ਵੀ ਕਹਿ ਦਿੰਦੇ ਹਨ, ਇਤਿਹਾਸ 'ਚ ਉਹਦਾ ਨਾਮ ਬ੍ਰਹਮਦਾਸ ਵੀ ਲਿਖਿਆ, ਜਿਨ੍ਹਾਂ ਦੀ ਉਮਰ 5120 ਸਾਲ ਸੀ। ਉਹਨਾਂ ਨਾਲ ਮਹਾਰਾਜ ਦੇ ਜਦੋਂ ਬਚਨ ਬਲਾਸ ਹੋਏ ਤੇ ਉਹਨੂੰ ਵੈਰਾਗ ਆਇਆ, ਮਹਾਰਾਜ ਦੇ ਚਰਨੀ ਲੱਗਾ ਤੇ ਇਹ ਕਹਿਣ ਲੱਗਾ ਕਿ ਮਹਾਰਾਜ ਮੇਰਾ ਤੇ ਨਾਂ ਨਹੀਂ ਰਹਿਣਾ। ਮਹਾਰਾਜ ਕਹਿੰਦੇ ਭਾਈ ਤੇਰੇ ਨਾਂ ਤੇ ਇੱਥੇ ਨਗਰ ਵਸੇਗਾ, ਉਸ ਨਾਂਗੇ ਸੰਤ ਦੇ ਨਾਂ ਤੇ ਇਸ ਨਗਰ ਦਾ ਨਾਮ ਪਿਆ ਨਾਂਗੇ ਦੀ ਸਰਾਂ, ਜਿਸ ਨੂੰ ਅਸੀਂ ਸਰਾਏ ਨਾਂਗਾ ਕਹਿੰਦੇ। ਇਹ ਇਤਿਹਾਸ ਹੈ। ਤੇ ਜਿੰਨੇ ਵੀ 10ਵੇਂ ਪਾਤਸ਼ਾਹੀਆਂ ਦੇ ਜਿਹੜੇ ਗੁਰਪੁਰਬ ਆ, ਇੱਥੇ ਗੁਰਦੁਆਰਾ ਸਾਹਿਬ ਮਨਾਏ ਜਾਂਦੇ ਹਨ। ਅੱਜ ਵਿਸਾਖੀ ਦਾ ਦਿਹਾੜਾ ਹੈ, 10ਵੇਂ ਪਾਤਸ਼ਾਹ ਮਹਾਰਾਜ ਨੇ ਅੱਜ ਦੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸ ਕਰਕੇ ਸਾਰੀਆਂ ਹੀ ਸੰਗਤਾਂ ਨੂੰ ਗੁਰੂ ਘਰ ਵੱਲੋਂ, ਸਾਡੇ ਵੱਲੋਂ ਲੱਖ ਲੱਖ ਵਧਾਈ ਹੋਵੇ ਵਿਸਾਖੀ ਦੇ ਦਿਹਾੜੇ ਦੀ। ਇੰਨੀਆਂ ਬੇਨਤੀਆਂ ਕਰਦੇ ਖਿਮਾ ਦੇ ਜਾਚ ਖਾਂ ਬਲਾਉ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।